ਅੱਜ ਉਹਦਾ ਮੈਂ ਪਿਛਲੇ ਮਹੀਨੇ ਦਾ ਲੱਗਿਆ ਹੈਲਥ ਮਿਨਿਸਟਰ ਨਾਲ, ਅਤੇ ਉਹਨਾਂ ਨੇ ਮੈਨੂੰ ਕੱਲ੍ਹ ਇਨਫੋਰਮ ਕੀਤਾ ਕਿ ਉਹਨਾਂ ਨੇ ਜਿਹੜਾ ਪੀ ਜੀ ਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਵਾਸਤੇ ਬਣਾਤਾ ਹੈ, ਫਿਰੋਜ਼ਪੁਰ ਬਣੂਗਾ, ਜਿਹਦੇ ਨਾਲ ਆਪਣੇ ਇਲਾਕੇ ਬਾਰਡਰ ਏਰੀਏ ਦੇ ਵਿੱਚ ਲੋਕ ਜਿਹੜੇ ਲੋਕਾਂ ਨੂੰ ਬਿਮਾਰ ਹੋ ਜਾਂਦੇ ਸੀ ਉਹਨੂੰ ਜਲੰਧਰ ਜਾਣਾ ਪੈਂਦਾ ਸੀ, ਲੁਧਿਆਣੇ ਜਾਣਾ ਪੈਂਦਾ, ਹੁਣ ਕਿਤੇ ਜਾਣ ਦੀ ਲੋੜ ਨਹੀਂ ਪਈ, ਵਰਲਡ ਕਲਾਸ ਹੋਸਪਿਟਲ ਹੁਣ ਫਿਰੋਜ਼ਪੁਰ। ਸਰ ਫਿਰੋਜ਼ਪੁਰ ਦੀਆਂ ਹੋਰ ਵੀ ਕਈ ਮੰਗਾਂ ਸੀ, ਕੀ ਪੂਰੀਆਂ ਕੀਤੀਆਂ ਜਾ ਰਹੀਆਂ? ਪ੍ਰੋਸੈਸਿੰਗ ਦੇ ਵੀ ਕਈ ਅਸੀਂ ਯੂਨਿਟ ਅਸੀਂ ਹੁਣ ਮਨਜ਼ੂਰ ਕੀਤੇ ਹਨ, ਅਤੇ ਬਾਕੀ ਟ੍ਰੇਨ ਦਾ ਤੁਸੀਂ ਦੱਸ ਵੀ ਮੈਂ ਅੱਜ ਗੱਲ ਕੀਤੀ ਹੈ, ਰੇਲਵੇ ਅੰਡਰ ਬ੍ਰਿਜਸ ਦੇ ਵੀ ਬਿਲਕੁਲ ਲਿਸਟ ਆਈ ਹੋਊਗੀ, ਅਸੀਂ ਭੇਜਦੀ ਹੈ ਕੰਟੋਨਮੈਂਟ ਬੋਰਡ ਦਾ ਵੀ ਕੇਸ ਅਸੀਂ ਕੀਤਾ, ਸੋ ਕਾਫੀ ਤੁਹਾਨੂੰ ਜਲਦੀ ਹੀ ਰਿਜ਼ਲਟ ਮਿਲੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।